ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਬੀਤੇ ਕੱਲ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖੇ ਪਾਏ ਗਏ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਰਦਾਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸੀਨੀਅਰ ਕਪਤਾਨ ਪੁਲਿਸ ਸਰਦਾਰ ਹਰਜੀਤ ਸਿੰਘ ਵਿਸ਼ੇਸ਼ ਰੂਪ ਤੋਂ ਮੱਥਾ ਟੇਕਣ ਪਹੁੰਚੇ। ਮੀਡੀਆ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਸੰਗਤਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫਰੀ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਕਿ 550 ਸਾਲਾਂ ਦੀ ਬਹੁਤ ਉਤਸ਼ਾਹ ਮੈਂ ਦੇਖਿਆ ਜੋ ਬਰਨਾਲੇ ਵਿੱਚ ਬਹੁਤ ਉਤਸ਼ਾਹ ਹੈ ਅਤੇ ਸਾਰੇ ਮੈਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਹਾਂਜੀ, ਜੋ ਆਇਆ ਸਰਕਾਰ ਵੱਲੋਂ ਕਿ ਜੀ PRTC ਬੱਸਾਂ 'ਤੇ ਆਪਣੀ ਸੰਗਤਾਂ ਜਾ ਸਕਦੀਆਂ, ਹਾਂਜੀ ਉਹਦੇ ਬਾਰੇ ਰਜਿਸਟ੍ਰੇਸ਼ਨ ਕਰਾ ਸਕਦੇ ਹਾਂ ਜੀ, ਅਤੇ ਉਹਦੇ ਬਾਰੇ ਹਾਲੇ ਜੋ ਫੈਸਲਾ ਉਹ ਮੈਂ ਹਾਲੇ ਤੱਕ ਤਾਂ ਜੋ ਉਹਨਾਂ ਨੇ ਇੰਸਟ੍ਰਕਸ਼ਨ ਆ ਉਹ ਤਾਂ ਸਾਹਮਣੇ ਲਈ ਹੈ, ਜਿਵੇਂ ਜੇ ਕੋਈ ਹੋਰ ਇੰਸਟ੍ਰਕਸ਼ਨ ਆ ਗਈ ਤਾਂ ਉਹ ਅਸੀਂ ਦੱਸਾਂਗੇ ਤੁਹਾਨੂੰ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਪਰਮਜੀਤ ਸਿੰਘ ਖਾਲਸਾ, ਮਹੰਤ ਪਿਆਰਾ ਸਿੰਘ ਜੀ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ ਜੀ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਲੀਲਾ, ਅਮਨਦੀਪ ਸਿੰਘ ਰਾਠੌਰ, ਚਮਕੌਰ ਸਿੰਘ ਗੱਗੀ, ਗੁਰਜਿੰਦਰ ਸਿੰਘ ਸਿੱਧੂ, ਦਵਿੰਦਰ ਕੁਮਾਰ ਦੇਵ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਲਵਾਈ ਗਈ। ਜੋ ਅੱਜ ਬਾਬੇ ਨਾਨਕ ਦਾ ਇੱਕ ਵਿਦੇਸ਼ ਆ, ਇਹ ਸਾਂਝਾ ਪ੍ਰੋਗਰਾਮ ਸਾਰੇ ਪਾਰਟੀ ਬਣਿਓ ਸਰਕਾਰ ਬਣਿਓ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ। ਲੋਕਾਂ 'ਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਆ ਵੀ ਜਿਨ੍ਹਾਂ ਨੂੰ ਇਸ ਦੇ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲਿਆ। ਆਪਾਂ ਬਹੁਤ ਲੱਕੀ ਹਾਂ, ਗਾਹਾਂ ਨੂੰ ਪਤਾ ਨਹੀਂ ਮੌਕਾ ਆਵੇ ਨਾ ਆਵੇ, ਵੀ ਜਿਹਨੂੰ ਇਹ ਦਾ ਸਭ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ। ਅੱਜ ਦੇ ਦਿਨ 'ਤੇ ਕੋਈ ਭੇਦਭਾਵ ਕੋਈ ਸਰਕਾਰ ਦਾ ਨਹੀਂ ਹੋਣਾ ਚਾਹੀਦਾ, ਸਭ ਨੂੰ ਰਲ ਮਿਲ ਕੇ ਹਿੰਦੂ ਸਿੱਖ ਭਾਈਚਾਰੇ ਨਾਲ ਕਰਨਾ ਚਾਹੀਦਾ। ਸਾਡੀ ਸਰਕਾਰ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਖਾਸ ਕਰਕੇ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲੇ ਜ਼ਿਲ੍ਹੇ ਵਾਸਤੇ ਵੱਧ ਤੋਂ ਵੱਧ ਮੁਹੱਈਆ ਬੱਸਾਂ ਕਰਵਾਈਆਂ ਨੇ, ਨਾਲ ਉਹਨਾਂ ਵਾਸਤੇ ਲੰਗਰ ਦਾ ਵੀ ਇੰਤਜ਼ਾਮ ਕਰਾ ਰਿਹਾ ਜੀ। ਸਾਡੇ ਕੋਲ ਇੱਥੇ ਦਫ਼ਤਰ ਖੋਲ੍ਹ ਦੇਵਾਂਗੇ ਬਹੁਤ ਜਲਦੀ, ਜਿਹੜੇ ਜਾਣਾ ਚਾਹੁੰਦੇ ਉੱਥੇ ਬੁਕਿੰਗ ਹੋ ਜਾ ਕਰੂ। ਉਵੇਂ ਸਾਰਾ ਟੋਟਲ ਖਰਚਾ ਸਰਕਾਰ ਬਣਿਓ ਅਸੀਂ ਸਰਦਾਰ ਕੇਵਲ ਸਿੰਘ ਢਿੱਲੋਂ ਆਪਣੇ ਬਣਿਓ ਕਰਵਾ ਦੇ। ਦੇਖੋ, ਸਭ ਨਾਲੋਂ ਪਹਿਲਾਂ ਤਾਂ ਮੈਂ ਸਾਰੇ ਹੀ ਪੰਜਾਬ ਦੇ ਅਨੂਣੀ ਭਾਰਤ ਦੇ ਸਾਰੇ ਹੀ ਇਸ ਲੋਕਾਈ ਦੇ ਸਾਰੇ ਬੰਦਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜੋ 550 ਸਾਲਾਂ ਅਸੀਂ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਸਾਹਿਬ ਦਾ। ਗੁਰੂ ਨਾਨਕ ਦੇਵ ਸਾਹਿਬ ਸੀ ਜੋ ਉਹ ਸਾਰੀ ਲੋਕਾਈ ਦੇ ਅੱਗੇ ਸਾਂਝੇ ਨੇ, ਸਾਂਝੀ ਬਾਲਤਾ ਦਾ ਉਹਨਾਂ ਨੇ ਸੰਦੇਸ਼ ਦਿੱਤਾ ਔਰ ਅਸੀਂ ਸਾਰੇ ਬਹੁਤ ਹੀ ਬੜਮ ਭਾਗਾਂ ਵਾਲੇ ਹਾਂ ਵੀ ਸਾਡੇ ਜੀਵਨ 'ਚ ਉਹਨਾਂ 550 ਸਾਲਾਂ ਮਨਾ ਰਹੇ ਹਾਂ। ਮੈਸੇਜ ਤਾਂ ਇਹੀ ਆ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਜਿਉਣਾ ਸਿਖਾਇਆ, ਸਾਨੂੰ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ। ਬਾਣੀ ਦੇ ਲੜ ਲੱਗ ਕੇ ਅੱਜ ਸਭ ਤੋਂ ਵੱਡੀ ਲੋੜ ਹੈ ਜੋ ਜਿਹੜੇ ਨਸ਼ੇ ਹੈ, ਨਸ਼ਿਆਂ ਤੋਂ ਦੂਰ ਹੋ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਜੋ ਅੱਜ ਜਿਹੜੀ ਸਾਡਾ ਹਵਾ ਪਾਣੀ ਮਤਲਬ ਇੰਨਾ ਗੰਧਲਾ ਹੋ ਚੁੱਕਿਆ, ਉਹਦੇ ਲਈ ਸਾਨੂੰ ਸ਼ੁੱਧ ਹਵਾ ਲਈ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੀਦਾ, ਕਿ ਇਹ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀ ਵੀ ਵਾਤਾਵਰਨ ਨੂੰ ਸਾਫ਼ ਰੱਖੋ ਤਾਂ ਅਸੀਂ ਚੰਗਾ ਜੀਵਨ ਜਿਉ ਸਕਦੇ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਆਲ ਵਰਲਡ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਮਨਾ ਰਹੀਆਂ ਹਨ। ਜਿੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਮਨਾਇਆ ਜਾ ਰਿਹਾ ਹੈ,
ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਦੀ ਧਰਤੀ 'ਤੇ ਵਿਸ਼ੇਸ਼ ਤੌਰ 'ਤੇ ਸਮਾਗਮ ਉਲੀਕੇ ਗਏ ਹਨ ਜਿਹੜੇ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ। ਆਪ ਸਮੁੱਚੀਆਂ ਸੰਗਤਾਂ ਨੇ ਜਿੱਥੇ ਉੱਥੇ ਹਾਜ਼ਰੀ ਭਰਨੀ ਹੈ ਉੱਥੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਦੇ ਜੋ ਸਾਨੂੰ ਮੈਸੇਜ ਨੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ, ਉਹਨਾਂ ਨੂੰ ਅਪਣਾਉਣਾ ਹੈ। ਸਤਿਗੁਰੂ ਸਾਹਿਬ ਦਾ ਹੁਕਮ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਤਿੰਨੋਂ ਜਿਹੜੇ ਉਪਦੇਸ਼ ਨੇ ਜੇ ਇਹਨਾਂ ਨੂੰ ਕੋਈ ਗੁਰਸਿੱਖ ਆਪਣੇ ਜੀਵਨ ਵਿੱਚ ਅਪਣਾ ਲਵੇ ਤਾਂ ਕੋਈ ਵੀ ਦੁੱਖ ਉਹਨੂੰ ਘੇਰ ਨਹੀਂ ਸਕਦਾ। ਹਮੇਸ਼ਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਹੋਏ ਸਾਨੂੰ ਬਖਸ਼ਿਸ਼ ਕੀਤੇ ਉਪਦੇਸ਼ਾਂ ਨੂੰ ਅਸੀਂ ਜੀਵਨ ਵਿੱਚ ਧਾਰਨ ਕਰੀਏ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਬਾਣੀ ਅਤੇ ਬਾਣੀ ਦੇ ਧਾਰਨੀ ਹੋਈਏ ਤਾਂ ਕਿ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਦਾਤਾਂ ਪ੍ਰਾਪਤ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਨਾਲਾ ਤੋਂ ਅਮਨਦੀਪ ਸਿੰਘ ਰਾਠੌਰ ਦੀ ਰਿਪੋਰਟ, ਦਾ ਨਿਊਜ਼ ਪੰਜਾਬ, ਚੰਡੀਗੜ੍ਹ।